ਉੱਥੇ ਜਿਹੜਾ ਨਾ ਘੰਟਾ ਘਰ ਨੂੰ ਪੂਰੀ ਸਲਾਮੀ ਦਿੱਤੀ ਜਾ ਰਹੀ ਹੈ। ਹੈਲੋ ਜੀ, ਅਸਲਾਮ ਵਾਲੇਕੁਮ, ਤੇ ਕੀ ਹਾਲ ਚਾਲ ਹੈ ਸਾਰਿਆਂ ਦਾ। ਉਮੀਦ ਹੈ ਤੁਸੀਂ ਸਾਰੇ ਖੈਰੀਤ ਨਾਲ ਹੋਵੋਗੇ। ਤੇ ਯਾਰ ਵੈਲਕਮ ਬੈਕ ਹੋ ਗਿਆ ਸਾਰਿਆਂ ਦਾ ਅਨਦਰ ਵਲੌਗ ਦੇ ਅੰਦਰ। ਤੇ ਜਿਹਨੇ ਜਿਹਨੇ ਤੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਦਿਓ ਸਬਸਕ੍ਰਾਈਬ, ਤੇ ਬੈਲ ਆਈਕਾਨ ਨੂੰ ਕਰ ਦਿਓ ਤਾਂ ਕਿ ਮੇਰੇ ਅੱਛੇ ਅੱਛੇ ਵਲੌਗ, ਚੰਗੇ ਚੰਗੇ ਵਲੌਗ ਤੇ ਪਿੰਡ ਦੇ ਵਲੌਗ ਤੇ ਫਨੀ ਵਲੌਗ ਤੇ ਸਾਰੇ ਵਲੌਗ ਤੁਹਾਡੇ ਤੱਕ ਟਾਈਮ ਦੇ ਨਾਲ ਪਹੁੰਚ ਸਕਣ, ਠੀਕ ਹੈ। ਤੇ ਯਾਰ 2022 ਖਤਮ ਹੋਣ ਦੇ ਵਿੱਚ ਤਕਰੀਬਨ 6-6.12 ਘੰਟੇ ਰਹਿ ਗਏ ਨੇ। ਸੋਰੀ 6-6.12 ਨਹੀਂ, 6 ਵੱਜ ਚੁੱਕੇ ਨੇ ਸ਼ਾਮ ਦੇ, ਤੇ ਅਗਲੇ ਸਿਰਫ 6 ਘੰਟੇ ਰਹਿ ਗਏ ਨੇ 2022 ਕੋ ਖਤਮ ਹੋਣੇ ਵੇ। ਤੇ ਦੁਆ ਹੈ ਕਿ ਅੱਲਾ ਪਾਕ ਜਿਹੜਾ ਨਾ ਨਵੇਂ ਸਾਲ ਦੇ ਵਿੱਚ ਸਭ ਨੂੰ ਕਾਮਯਾਬੀ ਅਤਾ ਫਰਮਾਉਣ, ਆਮੀਨ ਸੁਮਾਮੀਨ। ਤੇ ਖੈਰ ਪਲੈਨ ਕੁਛ ਇਸ ਤਰ੍ਹਾਂ ਦਾ ਕਿ ਅਜੇ ਹੁਣ ਜਿਹੜਾ ਮੈਂ ਕੰਮ ਤੋਂ ਵਾਪਿਸ ਆ ਗਿਆ ਜਿਹੜਾ ਨਾ ਨਹਾਤੇ ਆ, ਤੇ ਠੰਡ ਬਹੁਤ ਜ਼ਿਆਦਾ ਲੱਗ ਰਹੀ ਸੀ, ਠੀਕ ਹੈ। ਅਤੇ ਹੈ ਠੰਡ ਆਈ ਵੇ, ਬਹਾਰ ਤਾਂ ਲੱਗਣੀ ਤਾਂ ਆਈ ਹੈ ਫਿਰ। ਅਤੇ ਮੈਂ ਜਿਹੜਾ ਨਾ ਆਪਣੇ ਦੋਸਤਾਂ ਦੇ ਨਾਲ ਜਿਹੜਾ ਨਾ ਅੱਜ ਰਾਤ ਨੂੰ ਜਾ ਰਿਹਾ ਵਾਂ ਕੈਂਟ ਦੇ ਵਿੱਚ, ਜਿਹੜਾ ਨਾ ਰਾਤੀ 12 ਵਜੇ ਸੈਲੀਬ੍ਰੇਸ਼ਨ ਹੋਏਗੀ ਨਿਊ ਈਅਰ ਦੀ, ਉੱਥੇ ਜਿਹੜਾ ਨਾ ਆਤਿਸ਼ਬਾਜ਼ੀ ਵਗੈਰਾ ਬਹੁਤ ਹੀ ਅੰਤਾਂ ਦੀ ਹੁੰਦੀ ਹੈ, ਯਾਨੀ ਵੇਖਣ ਵਾਲਾ ਮਾਹੌਲ ਜਿਹੜਾ ਨਾ ਹੁੰਦਾ ਹੈ। ਅਤੇ ਖੈਰ ਉਹਨਾਂ ਨੂੰ ਜਿਹੜਾ ਨਾ ਮੈਂ ਕਾਲ ਕਰਤੀ ਹੈ, ਅਤੇ ਥੋੜ੍ਹੀ ਦੇਰ ਤੱਕ ਜਿਹੜਾ ਨਾ ਅਸੀਂ ਬਸ ਹੋਰ ਤਕਰੀਬਨ ਘੰਟੇ ਜਾਂ ਡੇਢ ਘੰਟੇ ਤੱਕ 7-8 ਵਜੇ ਜਿਹੜਾ ਨਾ ਅਸੀਂ ਨਿਕਲ ਜਾਵਾਂਗੇ, ਅਤੇ ਫਿਰ ਅਸੀਂ ਉੱਥੇ ਜਾ ਕੇ ਜਿਹੜਾ ਨਾ ਅੱਜ ਰਾਤ ਨੂੰ ਪ੍ਰੋਟੋਕੋਲ ਵੇਖਾਂਗੇ ਸਿਆਲਕੋਟ ਦਾ। 3 hours later ਅਤੇ 9 ਜਿਹੜਾ ਟਾਈਮ ਹੋ ਗਿਆ, ਅਤੇ ਹੁਣ ਜਿਹੜਾ ਨਾ ਅਸੀਂ ਨਿਕਲੇ ਹਾਂ, ਅਸੀਂ ਥੋੜ੍ਹੇ ਜਿਹੇ ਲੇਟ ਹੋ ਗਏ ਕਿਉਂਕਿ ਨੁਮਾਨ ਭਾਈ ਨੇ ਆਉਂਦੇ ਆਉਂਦੇ ਜਿਹੜਾ ਨਾ ਥੋੜ੍ਹਾ ਜਿਹਾ ਲੇਟ ਕਰਤਾ ਸੀ, ਅਤੇ ਅਸੀਂ ਹੁਣ ਰਸਤੇ ਦੇ ਵਿੱਚ ਆ, ਅਤੇ ਅਸੀਂ ਸ਼ਾਪਿੰਗ ਕਰਨ ਵਾਸਤੇ ਜਿਹੜਾ ਨਾ ਰੁਕਣ ਲੱਗੇ ਹਾਂ। ਜਿਹੜਾ ਨਾ ਨਿਊ ਈਅਰ ਸੈਲੀਬ੍ਰੇਸ਼ਨ ਦੇ ਵਿੱਚ ਕਾਫੀ ਜ਼ਿਆਦਾ ਟਾਈਮ ਸੀ, ਤਾਂ ਉਹ ਤੋਂ ਪਹਿਲਾਂ ਜਿਹੜਾ ਨਾ ਅਸੀਂ ਇੱਕ ਜਗ੍ਹਾ 'ਤੇ ਰੁਕੇ ਹਾਂ ਸ਼ਾਪਿੰਗ ਕਰਨ ਵਾਸਤੇ। ਇਰਾਦਾ ਸਾਡਾ ਵਿੰਡੋ ਸ਼ਾਪਿੰਗ ਕਰਨ ਦਾ ਸੀ, ਬਹਰਹਾਲ ਜਿਹੜਾ ਨਾ ਇਹਨਾਂ ਨੂੰ ਇੱਥੇ ਕੋਈ ਚੀਜ਼ਾਂ ਪਸੰਦ ਆ ਗਈਆਂ ਨੇ, ਮਤਲਬ ਸਨੈਨ ਜਿਹੜਾ ਇਹਨੂੰ ਅਪਰ ਪਸੰਦ ਆਈ ਹੈ, ਅਤੇ ਅਪਰ ਜਿਹੜਾ ਇਹਨੂੰ ਬਹੁਤ ਸੂਟ ਕਰ ਰਹੀ ਹੈ, ਅਤੇ ਅਪਰ ਲੈ ਰਿਹਾ, ਅਤੇ ਇੱਥੇ ਅਸੀਂ ਆਪਣੀ ਸ਼ਾਪਿੰਗ ਕੰਪਲੀਟ ਕਰ ਰਹੀ, ਅਤੇ ਹੁਣ ਅਸੀਂ ਜਿਹੜਾ ਨਾ ਜਲਦੀ ਦੇ ਨਾਲ ਵਾਪਸ ਜਾਣ ਲੱਗੇ ਹਾਂ। ਜੀ, ਤਾਂ ਅਸੀਂ ਲੰਡਾ ਬਾਜ਼ਾਰ ਖਰੀਦ ਕੇ ਜਿਹੜਾ ਨਾ ਹੁਣ ਬਾਹਰ ਨਿਕਲੇ, ਅਤੇ ਤੇਲ ਸ਼ੈਲ ਪਵਾਉਣ ਲੱਗੇ। ਭਰਾ ਲੈਣਾ ਦਾ ਇਰਾਦਾ ਚੇਂਜ ਹੋ ਗਿਆ, ਕਹਿੰਦੇ ਨੇ ਵਾਪਸੀ 'ਤੇ ਤੇਲ ਪਵਾਂਗੇ। ਹੁਣ ਜਿਹੜਾ ਨਾ ਅਸੀਂ ਅੱਲਾ ਮਾਲਿਕ ਰੈਸਟੋਰੈਂਟ 'ਤੇ ਜਾ ਰਹੇ ਹਾਂ ਖਾਣਾ ਛਾਣਾ ਖਾਣ, ਕਿਉਂਕਿ ਭੁੱਖ ਸ਼ੁੱਕ ਬਹੁਤ ਜ਼ਿਆਦਾ ਲੱਗ ਗਈ, ਅਤੇ ਅਸੀਂ ਜਿਹੜਾ ਨਾ ਅੱਲਾ ਮਾਲਿਕ ਰੈਸਟੋਰੈਂਟ 'ਤੇ ਆ ਗਏ ਹਾਂ, ਅਤੇ ਹੁਣ ਜਿਹੜਾ ਨਾ ਅਸੀਂ ਆਰਡਰ ਕਰਦੇ ਹਾਂ, ਅਤੇ ਅਸੀਂ ਵੇਟ ਕਰ ਰਹੇ ਹਾਂ ਕਿ ਕਦੋਂ ਸਾਡਾ ਆਰਡਰ ਆਇਆ, ਅਤੇ ਕਦੋਂ ਸਾਡੀ ਭੁੱਖ ਲੱਥੇ, ਕਿਉਂਕਿ ਸਾਨੂੰ ਭੁੱਖ ਜਿਹੜੀ ਨਾ ਬਹੁਤ ਅੰਤਾਂ ਦੀ ਲੱਗ ਗਈ, ਅਤੇ ਇੱਥੇ ਜਿਹੜਾ ਨਾ ਜਨਾਬ ਹੋਣੀ ਉਹਨਾਂ ਦੀ ਤਸਵੀਰਾਂ ਵਗੈਰਾ ਅਤੇ ਸਟਰੀਕ ਵਗੈਰਾ ਬਣਾ ਰਹੇ ਹਾਂ, ਅਤੇ ਬਰਾਲ ਉਹਨੇ ਆ ਲਿਆ ਕੇ ਜਿਹੜਾ ਨਾ ਅੱਗੇ ਸੂਪ ਦਾ ਸਮਾਨ ਰੱਖ ਦਿਆ, ਬਰਾਲ ਸੂਪ ਨਹੀਂ ਲੈ ਕੇ ਆ ਰਿਹਾ, ਲਿਆ ਦੇ ਜ਼ਾਲਮਾ ਸੂਪ, ਭੁੱਖ ਬਹੁਤ ਹੀ ਅੰਤਾਂ ਦੀ ਲੱਗ ਗਈ ਆ। ਅਤੇ ਹੁਣ ਜਿਹੜਾ ਨਾ ਸਾਡਾ ਸੂਪ ਆ ਗਿਆ, ਅਤੇ ਸਮਾਂ ਭਾਈ ਜਿਹੜਾ ਨਾ ਸਭ ਦੇ ਵਿੱਚ ਸੂਪ ਪਾਰਸਲ ਕਰ ਰਹੇ ਨੇ, ਸਭ ਨੂੰ ਜਿਹੜਾ ਨਾ ਦੋ ਦੋ ਡੂੰਘੇ ਸੂਪ ਦੇ ਜਿਹੜਾ ਨਾ ਪਾ ਕੇ ਦੇ ਰਹੇ ਨੇ ਆਪਣੀਆਂ ਆਪਣੀਆਂ ਕੋਲੀਆਂ 'ਚ। ਜਨਾਬ ਮੇਰੀ ਕੋਲੀ ਦੇ ਵਿੱਚ ਵੀ ਪਾਓ, ਮੇਰੀ ਕੋਲੀ ਹਾਲੀ ਦਾ ਨੁਮਾਨ ਸਾਹਿਬ ਜਿਹੜਾ ਨਾ ਮੂੰਹ ਤੱਕ ਰਹੇ ਨੇ ਕਦੋਂ ਮੇਰੀ ਵਾਰੀ ਆਏਗੀ। ਅਤੇ ਹੈਰ ਜਿਹੜਾ ਨਾ ਸਾਰਿਆਂ ਨੂੰ ਉਹਨੇ ਸੂਪ ਜਿਹੜਾ ਨਾ ਪਾਰਸਲ ਕਰਤਾ, ਅਤੇ ਹੁਣ ਜਿਹੜਾ ਨਾ ਸਾਰੇ ਪਹਿਲੇ ਪਾਪੜ ਖਾ ਰਹੇ ਨੇ ਸੂਪ ਵੱਲ, ਤਾਂ ਕਿਸੇ ਦਾ ਧਿਆਨ ਹੀ ਨਹੀਂ ਹੈ, ਇਹ ਸਾਰੇ ਪਾਪੜਾਂ ਨੂੰ ਡੇਰ। ਅਤੇ ਹੁਣ ਜਿਹੜਾ ਨਾ ਬਸ ਸਾਰਿਆਂ ਨੇ ਜਦੋਂ ਸੂਪ ਨੂੰ ਡਹਿਣਾ ਨਾ, ਫਿਰ ਅੱਗੂ ਪਿੱਛੋਂ ਨਹੀਂ ਵੇਖਣਾ ਪਿਆ, ਅਤੇ ਲਾਲ ਨਾਲ ਅਸੀਂ ਚਾਵਲ ਵਗੈਰਾ ਵੀ ਜਿਹੜਾ ਨਾ ਆਰਡਰ ਕੀਤੇ ਹਨ ਉਹ ਵੀ ਆ ਗਏ ਨੇ, ਅਤੇ ਹੁਣ ਅਸੀਂ ਜਿਹੜਾ ਨਾ ਰੋਟੀ ਖਾ ਕੇ ਅਤੇ ਜਲਦੀ ਨਾਲ ਵਾਪਸੀ 'ਤੇ ਤੁਰ ਪਏ ਹਾਂ, ਕਿਉਂਕਿ 8 ਮਿੰਟ ਰਹਿ ਗਏ ਨੇ ਸਿਰਫ ਸ਼ੋਅ ਸਟਾਰਟ ਹੋਣ ਦੇ ਵਿੱਚ, ਯਾਨੀ ਉੱਥੇ ਜਿਹੜੀ ਆਤਿਸ਼ਬਾਜ਼ੀ ਹੋਣੀ ਨਾ ਉਹ ਸਟਾਰਟ ਹੋਣ ਦੇ ਵਿੱਚ ਸਿਰਫ ਤੋਂ ਸਿਰਫ 8 ਮਿੰਟ ਰਹਿ ਗਏ, ਅਤੇ ਅਸੀਂ ਸਪੀਡਾਂ ਦੇ ਨਾਲ ਜਾ ਰਹੇ ਹਾਂ, ਅਤੇ ਜੀ ਅਸੀਂ ਜਿਹੜਾ ਨਾ ਹੁਣ ਉੱਥੇ ਪਹੁੰਚ ਗਏ। ਏ ਫਿਊ ਮਿੰਟਸ ਲੇਟਰ ਅਤੇ ਗੱਡੀ ਸਾਡੀ ਪਿੱਛੇ ਹੀ ਅਸੀਂ ਪਾਰਕ ਕੀਤੀ, ਅਤੇ ਨੁਮਾਨ ਭਾਈ ਉਹਦੇ ਵਿੱਚ ਹੀ ਨੇ, ਅਤੇ ਇੱਥੇ ਅਸੀਂ ਆਏ, ਅਤੇ ਇੱਥੇ ਬਾਅਦ 'ਚ ਤੁਸੀਂ ਵੇਖ ਸਕਦੇ ਹੋ ਕਿ ਪਿੱਛੇ ਰਸ਼ ਹੀਰ ਦਾ ਅੰਤਾਂ ਦੀ ਵਾਮ ਇੱਥੇ ਇਕੱਠੀ ਹੋਈ ਹੈ, ਅਤੇ ਅੱਧੀ ਪਚੱਦੀ ਆਤਿਸ਼ਬਾਜ਼ੀ ਲੰਘ ਗਈ ਕਿਉਂਕਿ ਇੱਥੇ ਰਸ਼ ਹੀ ਬੜਾ ਹੀ ਅੱਜ ਤੱਕ ਆਉਣਾ ਸੀ, ਸਾਨੂੰ ਤਕਰੀਬਨ ਜਿਹੜਾ ਨਾ ਕੋਈ 15-20 ਮਿੰਟ ਲੱਗ ਗਏ ਨੇ, ਅਤੇ ਉਹ ਸਾਹਮਣੇ ਵੇਖੋ ਜੀ ਆਤਿਸ਼ਬਾਜ਼ੀ ਸ਼ੁਰੂ ਹੋ ਗਈ ਹੈ। ਰੌਲਾ ਪਾਇਆ, 12 ਵੱਜ ਗਏ ਨੇ, ਹੁਣ ਆਤਿਸ਼ਬਾਜ਼ੀ ਬਹੁਤੀ ਹੋਏਗੀ, ਪਰ ਉਹਨਾਂ ਅੱਜ ਕੀ ਆਤਿਸ਼ਬਾਜ਼ੀ ਜਿਹੜਾ ਨਾ ਇੰਨੀ ਕੈਂਟ ਦੇ ਵਿੱਚ ਕੀਤੀ ਕੋਈ ਨਹੀਂ। ਬਾਬਾ ਹੁਣ ਅਸੀਂ 2023 ਚ ਆ ਗਏ ਆ,
ਆਵਾਮ ਤਾਂ ਬਹੁਤ ਜ਼ਿਆਦਾ ਇਕੱਠੀ ਹੋਈ ਹੈ ਭਰਾ, ਉਹਨਾਂ ਨੇ ਐਤਕੀ ਆਤਿਸ਼ਬਾਜ਼ੀ ਕੋਈ ਨਹੀਂ ਕੀਤੀ ਅਤੇ ਉਹ ਸਾਹਮਣੇ ਸਾਡਾ ਜਿਹੜਾ ਨਾ ਘੰਟਾ ਘਾੜ ਹੈ ਉਹਦੇ ਉੱਤੋਂ ਅੱਗੇ ਆਤਿਸ਼ਬਾਜ਼ੀ ਹੁੰਦੀ ਤੋਂ ਵੀ ਕੋਈ ਨਹੀਂ ਹੁੰਦਾ, ਮਾਠੀਆਂ ਤਾਂ ਜਿਹੜਾ ਵੀ ਜਿਹੜਾ ਨਾ ਦੋ ਚਾਰ ਛਿੜੀਆਂ ਝਲਾਉਂਦੇ ਨੇ ਕਿ ਬਸ ਜਿਹੜਾ ਨਾ ਹੁਣ ਵਾਪਸੀ ਜਾ ਰਹੇ ਹਾਂ ਅਤੇ ਇੱਥੇ ਰਸ਼ ਹੀਰਦਾ ਅਤੇ ਸਾਡੀ ਜਿਹੜਾ ਨਾ ਗੱਡੀ ਬੈਕ ਨਹੀਂ ਹੋ ਰਹੀ ਅਤੇ ਰਸ਼ ਜਿਹੜਾ ਨਾ ਇੱਥੇ ਬਹੁਤ ਜ਼ਿਆਦਾ ਹੋ ਗਿਆ ਅਤੇ ਅਸੀਂ ਆਪਣੀ ਗੱਡੀ ਦੇ ਕੋਲ ਹੀ ਖਲੋਤੇ ਹਾਂ ਕਿ ਕਿਸੇ ਤਰੀਕੇ ਰਸ਼ ਥੋੜ੍ਹਾ ਜਿਹਾ ਘੱਟ ਰਿਹਾ ਅਸੀਂ ਜਿਹੜਾ ਨਾ ਗੱਡੀ ਵਾਪਸੀ ਕਰੀਏ ਕਿਉਂਕਿ ਸਾਡੇ ਵਾਲੇ ਇਲਾਕੇ ਦੇ ਵਿੱਚ ਜਿਹੜਾ ਨਾ ਧੁੰਦ ਸੁੰਦ ਬਹੁਤ ਜ਼ਿਆਦਾ ਪੈ ਗਈ ਹੋਣੀ ਅਤੇ ਅਸੀਂ ਹੋਈਏ ਵੀ ਜਿਹੜਾ ਨਾ ਇੱਥੇ ਖਲੋ ਕੇ ਅਸੀਂ ਉਡੀਕ ਰਹੇ ਹਾਂ ਕਿ ਰਸ਼ ਘੱਟ ਹੈ ਅਤੇ ਅਸੀਂ ਆਪਣੀ ਗੱਡੀ ਬੈਕ ਕਰੀਏ, ਗੱਡੀ ਵਰਤਾਈਏ ਅਤੇ ਅਸੀਂ ਘਰਾਂ ਨੂੰ ਜਾਈਏ। ਭਰਾ ਇੱਥੇ ਰਸ਼ ਨਹੀਂ ਘੱਟ ਰਿਹਾ, ਹੁਣ ਅਸੀਂ ਗੱਡੀ 'ਚ ਬੈਠੇ ਹਾਂ, ਇੰਤਜ਼ਾਰ ਕਰ ਰਹੇ ਹਾਂ ਕਿ ਕਿਸੇ ਤਰੀਕੇ ਜਿਹੜਾ ਨਾ ਰਸ਼ ਘੱਟੇ ਅਤੇ ਅਸੀਂ ਗੱਡੀ ਆਪਣੀ ਸਾਈਡ 'ਤੇ ਕਰੀਏ। ਗੱਡੀ ਅਸੀਂ ਫਸਾ ਬੈਠੇ ਹਾਂ ਵਿੱਚ ਅਤੇ ਗੱਡੀ ਸਾਡੀ ਪਰਤ ਨਹੀਂ ਰਹੀ ਅਤੇ ਪੂਰੇ 45 ਮਿੰਟ ਬਾਅਦ ਜਿਹੜਾ ਨਾ ਅਸੀਂ ਉੱਥੋਂ ਆਪਣੀ ਗੱਡੀ ਕਰਦੀ ਤਾਂ ਹੁਣ ਅਸੀਂ ਸਪੀਡਾਂ ਨਾਲ ਘਰ ਜਾ ਰਹੇ ਹਾਂ ਕਿਉਂਕਿ ਸਾਡਾ ਰਸਤਾ ਜਿਹੜਾ ਨਾ ਉਹਦੇ ਵਿੱਚ ਪੈ ਗਈ ਧੁੰਦ, ਤੁਸੀਂ ਵੇਖ ਸਕਦੇ ਹੋਈਏ ਅਤੇ ਅਸੀਂ ਬਾਹਰ ਵਾਲੀ ਸਾਈਡ 'ਤੇ ਜਦੋਂ ਅੰਦਰ ਜਾਣਾ ਉੱਥੇ ਧੁੰਦ ਹੀ ਧੁੰਦ ਹੋਣੀ ਹੈ ਹੁਣ। 20 ਮਿੰਟਸ ਲੇਟਰ ਯਾਰ ਮੈਂ ਕਹਿੰਦਾ ਵਾਂ ਕਿ ਹੀਰੀ ਧੁੰਦ ਪੈ ਗਈ ਸੀ, ਠੀਕ ਹੈ। ਵਾਪਸੀ ਤਾਂ ਜਿਹੜਾ ਨਾ ਜਦੋਂ ਅਸੀਂ ਕੋਲੀਓ ਅੱਗੇ ਆਏ ਨਾ, ਆਹਿਸਤਾ ਆਹਿਸਤਾ ਜਦੋਂ ਉਹਨਾਂ ਨੇ ਮੈਨੂੰ ਲਾਇਆ ਤਾਂ ਮੈਂ ਉੱਥੋਂ ਗੱਡੀ ਆਪਣੀ ਅਤੇ ਮੋਟਰਸਾਈਕਲ ਦੇ ਇੱਧਰ ਨੂੰ ਆਇਆ ਵਾ ਅਤੇ ਫਿਰ ਧੁੰਦ ਦਾ ਪਤਾ ਤਾਂ ਫਿਰ ਲੱਗਿਆ ਸਾਡੇ ਪਿੰਡ ਵਾਲੇ ਇੱਧਰ ਤਾਂ ਧੁੰਦ ਬਾਹਰੀ ਸੀ, ਅੰਤਾਂ ਦੀ ਪਈ ਹੋਈ ਉੱਤੋਂ ਐਨਕ ਲਾਈ ਹੁੰਦੀ ਹੈ, ਠੀਕ ਹੈ। ਜਦੋਂ ਧੁੰਦ ਹੈ ਵਿੱਚੋਂ ਲੰਘ ਉਹਨਾਂ ਤਾਂ ਅੱਗੇ ਜਿਹੜਾ ਨਾ ਐਨਕ ਸਾਰੀ ਭਰਚ ਜਾਂਦੀ ਹੈ ਅਤੇ ਹੈ ਠੰਡ ਵੀ ਜਿਹੜਾ ਨਾ ਠਾਰ ਬਹੁਤ ਜ਼ਿਆਦਾ ਹੋ ਚੁੱਕਿਆ ਅਤੇ ਟਾਈਮ ਵੀ ਬਹੁਤ ਜ਼ਿਆਦਾ ਹੋ ਚੁੱਕਿਆ, ਸਾਰੇ ਸੁੱਤੇ ਹੋਏ ਨੇ ਅਤੇ ਜਨਾਬ ਹੋਰੀ ਇੱਥੇ ਬਹਿ ਕੇ ਵਲੋਗ ਬਣਾ ਰਹੇ ਨੇ, ਠੀਕ ਹੈ। ਇਹ ਜਿਹੜੀ ਵੀਡੀਓ ਹੈ ਨਾ ਮੇਰਾ ਇਹ ਵਾਲਾ ਵਲੋਗ ਤੁਹਾਨੂੰ ਜਿਹੜਾ ਨਾ ਅੱਜ ਦੇਖਣ ਨੂੰ ਮਿਲੇਗਾ, ਯਾਨੀ 2023 ਕੇ ਪਹਿਲੇ ਦਿਨ ਜੋ ਹੈ ਨਾ ਆਪਕੋ ਮੇਰਾ ਇਹ ਨਿਊ ਈਅਰ ਸੈਲੀਬ੍ਰੇਸ਼ਨ ਵਾਲਾ ਵਲੋਗ ਦੇਖਣ ਕੋ ਲੱਭੇਗਾ। ਅਤੇ ਹੈਰ ਇੱਥੇ ਮੈਂ ਆਪਣੇ ਵਲੋਗ ਦਾ ਕਰਦਾ ਵਾਂ ਐਂਡ, ਅਤੇ ਯਾਰ ਦੁਆਵਾਂ 'ਚ ਯਾਦ ਰੱਖਿਓ ਲਾਜ਼ਮੀ, ਅਤੇ ਯਾਰ ਸਪੋਰਟ ਕੀਤਾ ਕਰੋ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ ਯਾਰ ਸਪੋਰਟ ਕੀਤਾ ਕਰੋ ਅਤੇ ਲਾਈਕ ਔਰ ਕਮੈਂਟ ਅਤੇ ਲਾਜ਼ਮੀ ਕੀਤਾ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਸਭ ਤੋਂ ਲਾਜ਼ਮੀ ਕੀਤਾ ਕਰੋ, ਉਹਦੇ ਥੱਲੇ ਜਿਹੜਾ ਬੈਲ ਆਈਕੋਨ ਦਾ ਬਟਨ ਹੈ ਨਾ ਨਾਲ, ਉਹਨੂੰ ਵੀ ਲਾਜ਼ਮੀ ਦਬਾਇਆ ਕਰੋ ਅਤੇ ਸਬਸਕ੍ਰਾਈਬ ਲਾਜ਼ਮੀ ਕੀਤਾ ਕਰੋ, ਠੀਕ ਹੈ। ਬਾਕੀ ਕੈਸੀ ਲੱਗੀ ਮੇਰੀ ਵੀਡੀਓ ਮੁਝੇ ਕਮੈਂਟ ਮੈਂ ਲਾਜ਼ਮੀ ਬਤਾਈਏਗਾ। ਮਿਲਤੇ ਹੈ ਅਗਲੇ ਵਲੋਗ ਮੇਂ, ਤਬ ਤੱਕ ਕੇ ਲੀਏ ਆਪਣਾ ਖਿਆਲ ਰੱਖੀਏਗਾ। ਅੱਲਾਹ ਹਾਫਿਜ਼।